ਕਹਿੰਦੇ ਕਿ ਬਈ ਹਰਦਾਵਾ ਸਾਹਿਬ ਦੇ ਮੁੰਡੇ ਤੇ ਖੂਬ ਚਰਚੇ ਹੋ ਰਹੀ ਆ ਮੈਂ ਚਾਹੁੰਦਾ ਸੀ ਕਿ ਆਪਾਂ ਇੱਥੇ ਸ਼ੁਰੂ ਕਰ ਲਈਏ ਮੇਰੇ ਖਿਆਲ ਨਾਲ ਤੁਸੀਂ ਵੀ ਜਰਾ ਜੀ ਜੀ ਫੋਲ ਰਹੇ ਹੋ ਰਿਕਾਰਡ ਤਾਂ ਕੋਈ ਗੱਲ ਨਹੀਂ ਜਰਾ ਫੋਲੋ ਤੇ ਉਧਰੋਂ ਜਰਾ ਸ਼ੇਅਰ ਕਰਨ ਵਾਲਾ ਪ੍ਰੋਗਰਾਮ ਆ ਜਿਹੜਾ ਉਹ ਆਪਣੇ ਵੀਰ ਸ਼ੇਅਰ ਕਰਕੇ ਇਧਰੋਂ ਪਰਤ ਰਹੇ ਆ ਕੋਈ ਗੱਲ ਨਹੀਂ ਜੀ ਮੈਂ ਤੇ ਹਾਜ਼ਰ ਆ ਸਿਰ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਇਦਾਂ ਹੀ ਲੰਘ ਜਾਣਾ ਜੀ 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 ਤੇ ਇਧਰੋਂ ਆ ਪਹਾਰੇ ਸੀ ਮਿੰਟੂ ਜੀ ਉਧਰੋਂ ਫਿਰ ਉਹਨਾਂ ਨੇ ਭੇਜਤਾ ਕੰਗ ਸਾਬ ਨੂੰ ਉਹ ਵੀ ਪੀਸੀ ਕਰਕੇ ਕੰਗ ਸਾਬ ਨਹੀਂ ਤੇ ਉਹ ਵੀ ਨਾਲ ਦੀ ਨਾਲ ਫਿਰ ਇਸੇ ਮੁੱਦੇ ਤੇ ਵੀ ਮੇਰੇ ਖਿਆਲ ਨਾਲ ਜੱਕ ਤੇ ਚੌਂਟੇ ਉਹਨਾਂ ਨੇ ਵੀ ਫਿਰ ਮੈਂ ਤੇ ਤੁਹਾਨੂੰ ਕਹਿ ਕੇ हटਿਆ ਸੀਗਾ ਉਤੋਂ 5-7 ਮਿੰਟ ਪਹਿਲਾਂ ਮੈਂ ਕਿਹਾ ਜੀ ਦੇਖਿਓ ਤੁਸੀਂ ਬਣਦਾ ਕੀ ਹੈ ਹਾਂਜੀ ਤੇ ਬਣਿਆ ਹੋਈ ਜੋ ਤੁਸੀਂ ਕਹਿ ਰਹੇ ਸੀ ਹਾਂਜੀ ਹਾਂਜੀ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਚੁਕੇਗੀ ਤੇ ਇੱਕ ਖਾਸ ਚੈਨਲ ਵੀ ਇਸ ਮੁੱਦੇ ਨੂੰ ਬੋਲ ਚੁਕੇਗਾ ਹਾਂਜੀ ਕਿਉਂਕਿ ਉਹਨਾਂ ਦਾ ਬਈ ਪੱਤਰਕਾਰ ਗੱਡੀ ਚੋਂ ਲਾ ਦਿੱਤਾ ਗਿਆ ਸੀਗਾ ਹਾਂਜੀ ਤੇ ਉਹ ਉਸ ਚੈਨਲ ਦੀ ਰੀਚ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇਹਦਾ ਮਤਲਬ ਹੈ ਕਿ ਮੁੱਦਾ ਤੇ ਜਿਹੜਾ ਉਹ ਗਾਂ ਦੀ ਗਾਂ ਜਾਣਾ ਹੀ ਸੀਗਾ ਹਾਂਜੀ ਹੁਣ ਮੁੱਦਾ ਬਣਿਆ ਕੀ ਆ ਇਹ ਥੋੜਾ ਜਿਆ ਸਮਝ ਲੈਣਾ ਜ਼ਰੂਰੀ ਹੈ ਵੈਸੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਲਾਗੜਟ ਹੈ ਕੀ ਆ ਮੁੰਡੇਵਾਂ ਮੁੰਡਿਆਂ ਦੀ ਜੀ ਕਿਉਂਕਿ ਜਦੋਂ ਤੁਸੀਂ ਗੌਰ ਨਾਲ ਉਹ ਮੁੰਡੇ ਦੇ ਜਿਹਦੇ ਪੱਟੀ ਵੱਜੀ ਆ ਨਰਵੀਰ ਸਿੰਘ ਗਿੱਲ ਉਹਦੀ ਸਾਰੀ ਗੱਲਬਾਤ ਜਦੋਂ ਤੁਸੀਂ ਗੌਰ ਨਾਲ ਸੁਣੋਗੇ ਨਾ ਉਹ ਇੱਕ ਥਾਂ ਤੇ ਗੱਲ تسلیم ਵੀ ਕਰਦਾ ਹੈ ਕਿ 2019 ਤੋਂ ਇਹ ੱਤਕਾ ਕਰ ਰਿਹਾ ਹੈ ਇਹਦਾ ਮਤਲਬ ਕਿ ਇਹ ਨਹੀਂ ਹੈ ਕਿ ਅਚਾਨਕ ਕੋਈ ਆਮੋ ਸਾਹਮਣੇ ਹੋ ਗਏ ਦੋ ਜਾਣੇ ਤੇ ਉੱਥੇ ਕੋਈ ਟਕਰਾ ਹੋ ਗਿਆ ਜਾਂ ਕੋਈ ਰੋਡ ਤੇ ਚੱਲਦੇ ਆ ਕੋਈ ਮਤਲਬ ਕਿ ਰੋਡ ਰੇਜ ਦਾ ਮਾਮਲਾ ਬਣ ਗਿਆ ਐਸਾ ਨਹੀਂ ਹੈ ਜਾਨਵਰ ਪ੍ਰਾਣੀ ਆ ਕਿਉਂਕਿ ਉਹ ਕਹਿ ਰਿਹਾ ਹੈ ਕਿ ਸਾਡੇ ਨਾਲ 19 ਤੋਂ ੱਤਕਾ ਕਰਦਾ ਆ ਤੇ ਨਾਲ ਉਹ ਮੁੰਡਾ ਕਹਿੰਦਾ ਕਿ ਅਸੀਂ ੱਤਕਾ ਸਹਿਣਾ ਨਹੀਂ ਅਸੀਂ ਵੀ ਇਤਨਾ ਹੀ ਕਰਾਂਗੇ ਏ ਵੀ ਸਾਫ ਆ ਸਪੈਸ਼ਲ ਡਿਗਟ ਦੇ ਥਾਣੇ 'ਚ ਖੜ ਕੇ ਕਹਿੰਦਾ ਹਾਂਜੀ ਕੀ ਜੀ ਕਿ ਹਾਂ ਭਾਈ ਇਤਰਾ ਹੀ ਚੱਲੂ ਫਿਰ ਕੰਮ ਮੈਂ ਤੇ ਇਤਰਾ ਕਰੂੰਗਾ ਲੋਕ ਖਾਂਦੇ ਜੁੱਤੀਆਂ ਦਿਖਾਈ ਜਾਣੇ ਨਾ ਮਹਿਲਾ ਉਹ ਵੀ ਤਖੀਆਂ ਕਹਿ ਗਿਆ ਉਹਦਾ ਹੁਣ ਦੋਸ਼ ਕਥੇ ਤੌਰ ਤੇ ਇਹ ਆ ਕਿ ਬਈ ਰੋਟੀ ਪਾਣੀ ਖਾਣ ਗਏ ਸ ਆ 17 ਦੇ ਇੱਕ ਹੋਟਲ 'ਚ ਜੀ ਤੇ ਉੱਥੇ ਆਹਮੋ ਸਾਹਮਣਾ ਹੋਇਆ ਯਾਨੀ ਵਾਸ਼ਰੂਮ ਦੇ ਵਿੱਚ ਆ ਕੇ ਕਿ ਮੈਨੂੰ ਮਾਰਿਆ ਇੱਕ ਥਾਂ ਉਹ ਕਹਿੰਦਾ ਕਿ ਭੱਜ ਕੇ ਮੈਂ ਬਾਹਰ ਆ ਗਿਆ ਵਾਂ ਹਾਂਜੀ ਮਲ ਕੇ ਜਦੋਂ ਵਜੀ ਹੈ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਦੇ ਰਿਸ਼ਤੇਦਾਰ ਜਾਂ ਜਿਹੜੇ ਗਨਮੈਨ ਸੀ ਫੇਰ ਟੱਕਰੇ ਆ ਤੇ ਉਹਨਾਂ ਨੇ ਗਨ ਪੁਆਇੰਟ ਤੇ ਗੱਡੀ 'ਚ ਬਿਠਾਇਆ ਤੇ ਫਿਰ ਉਹ ਤੋਂ ਬਾਅਦ ਥਾਣੇ ਲੈ ਕੇ ਆਏ ਨੇ ਆਪ ਚੱਕ ਕੇ ਲੈ ਕੇ ਆਏ ਮਤਲਬ ਤੇ ਇੱਕ ਥਾਂ ਤੇ ਇਹ ਕਹਿ ਰਿਹਾ ਕਿ ਮੈਂ ਵੀ ਫਿਰ ਅੱਗੋਂ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਇਹਨੇ ਫੋਨ ਕਰ ਦਿੱਤਾ ਤੇ ਉਦੋਂ ਰਿਸ਼ਤੇਦਾਰ ਤੇ ਕੁਝ ਇਹਨਾਂ ਦੇ ਜਿਹੜੇ ਗਨਮੈਨ ਉਹ ਤੇ ਪਹੁੰਚੇ ਦੋ ਚੀਜ਼ਾਂ ਜਿਹੜੀਆਂ ਮੈਂ ਨੋਟ ਕੀਤੀਆਂ ਨੇ ਉਹ ਨੂੰ ਦੁਬਾਰਾ ਸੁਣ ਲਿਓ ਤੁਸੀਂ ਵੀਡੀਓ ਜੀ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਵੱਖਰੇ ਤੌਰ ਤੇ ਸਮਝਾ ਜਾਣਗੀਆਂ ਜੀ ਹੁਣ ਇਹ ਪੰਗਾ ਪੈ ਗਿਆ ਹੈ ਕਿਉਂਕਿ ਇੱਕ ਦੋਸ਼ ਇਹ ਵੀ ਲੱਗ ਗਿਆ ਕਿ ਝਗੜਾ ਜਿਹੜਾ ਆ ਉਹ ਸਿਰਫ ਤੇ ਸਿਰਫ ਨੌਜਵਾਨਾਂ ਦਾ ਨਹੀਂ ਹੈਗਾ ਜੀ ਬਲਕਿ ਹੋਇਆ ਕਿ ਆ ਕਿ ਕਿਆ ਗਿਆ ਕਿ ਜਦ ਮੈਂ ਠਾਣੇ ਆ ਗਿਆ ਜੀ ਇੱਕ ਤੇ ਆ ਸਾਰਾ ਕੁਝ ਹੋ ਗਿਆ ਇਹ ਸਾਰਾ ਕਟਨਾ ਕ੍ਰਮ ਤਾਂ ਉਸ ਤੋਂ ਬਾਅਦ ਜਦੋਂ ਠਾਣੇ ਆਏ ਜੀ ਤੇ ਠਾਣੇ ਦੇ ਵਿੱਚ ਉਹ ਕਹਿੰਦੇ ਕਿ ਸੁਖੀ ਰੰਦਾਬਾ ਉੱਥੇ ਆ ਪਹੁੰਚੇ ਜੀ ਦਬਾਅ ਪਾਇਆ ਗਿਆ ਕਿ ਕੰਪਰੋਮਾਈਜ਼ ਕਰ ਲਵਾਂ ਜੀ ਕਹਿੰਦੇ ਕਿ ਛੇਤਰ ਖਾ ਕੇ ਥੋੜੀ ਹੁਣ ਕੰਪਰੋਮਾਈਜ਼ ਹੁੰਦਾ ਹੈ ਜੀ ਇਸ ਤਰ੍ਹਾਂ ਥੋੜੀ ਕੰਮ ਚੱਲਦੇ ਨੇ ਜੀ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਉਹ ਹੁਣ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚੱਲਣ ਡੇ ਪਿਆ ਹਾਂ ਜੀ ਬਹੁਤ ਜ਼ਿਆਦਾ ਚੱਲਦਾ ਪਿਆ ਤੇ ਚੱਲੂਗਾ ਵੀ ਕਿਉਂਕਿ ਝਗੜਾ ਇਸ ਤਰ੍ਹਾਂ ਦਾ ਹੈ ਕਿ ਜਦੋਂ ਕੋਈ ਲੀਡਰ ਦਾ ਮੁੰਡਾ ਕਿਸੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਆ ਜਾਂਦਾ ਹੈ ਜੀ ਹਾਲਾਂਕਿ ਮੁੰਡੇ ਦਾ ਉਹਦੇ ਦਾ ਸੁਖਜਿੰਦਰ ਸਿੰਘ ਰੰਧਾਵੇ ਦੇ ਦਾ ਕੋਈ ਆਇਆ ਨਹੀਂ ਪ੍ਰਤੀਕਰਮ ਜੀ ਪਰ ਇਹ ਮਾਮਲਾ ਵਾਕਿਆ ਹੀ ਵੱਡਾ ਬਣ ਗਿਆ ਜੀ ਹੁਣ ਵੱਡਾ ਬਣ ਗਿਆ ਜੀ ਤੇ ਇਹਦੇ ਵਿੱਚ ਪੁਲਿਸ ਇਹ ਕਹਿ ਰਹੀ ਆ ਕਿ ਦੇਖੋ ਦੋ ਪਾਸਿਆਂ ਦੀ ਸ਼ਿਕਾਇਤ ਆ ਤੇ ਸ਼ਿਕਾਇਤ ਉਧਰੋਂ ਵੀ ਆਈ ਆ ਤੇ ਉਧਰੋਂ ਵੀ ਆਈ ਆ ਜੀ ਅਸੀਂ ਹੁਣ ਵੈਰੀਫਾਈ ਕਰ ਰਹੇ ਆ ਤੇ ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਦਰਜ ਹੋਊਗਾ ਜਦ ਕਿ ਦੂਸਰੀ ਧਿਰ ਪੀੜਤ ਧਿਰ ਜਿਹੜੀ ਆ ਉਹ ਕਥੇ ਤੌਰ ਤੇ ਵੀ ਦਾਵਾ ਕਰ ਰਹੀ ਆ ਜੀ ਕਿ ਇਹਨਾਂ ਦੇ ਗਨਮੈਣਾ ਨੇ ਆ ਕੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਦਬਕਾਇਆ ਪਹਿਲਾਂ ਗਾਲਾਂ ਕੱਢੀਆਂ ਅੱਛਾ ਜੀ ਫਿਰ ਇਹਨਾਂ ਨੇ ਵੈਪਨ ਕੱਢੇ ਜਦੋਂ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਤੇ ਫਿਰ ਉਹ ਪਿਛਾ ਹਟੇ ਨੇ ਜੀ ਮਤਲਬ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਦਾ ਯਤਨ ਕੀਤਾ ਗਿਆ ਜਿਹੜੇ ਉੱਥੇ ਮੌਜੂਦ ਮੁਲਾਜ਼ਮ ਸਨ ਥਾਣੇ ਦੇ ਵਿੱਚ ਹੁਣ ਸੁਖਜਿੰਦਰ ਸਿੰਘ ਰੰਧਾਵਾ ਇਹ ਗੱਲ ਸਾਫ਼ ਆਪ ਕਰਨ ਤੇ ਚੰਗਾ ਆ ਕਿ ਕੀ ਉਹ ਥਾਣੇ 'ਚ ਗਏ ਸਨ ਕਿ ਨਹੀਂ ਕਿਉਂਕਿ ਵੀਡੀਓ ਤਾਂ ਨਿਕਲ ਆਉਣੀ ਹੈ ਤੁਹਾਨੂੰ ਪਤਾ ਹੈ ਚੰਡੀਗੜ੍ਹ ਗਏ ਬੰਦੇ ਦੀ ਥਾਣੇ ਜਾਂ ਕਿਸੇ ਵੀ ਸਰਕਾਰੀ ਦਫ਼ਤਰ 'ਚ ਉਹ ਵੀਡੀਓ ਨਿਕਲ ਆਉਣੀ ਹੈ ਉੱਥੋਂ ਸੀਸੀਟੀਵੀ ਨਿਕਲਿਆਉਣੀ ਉਹ ਨਿਕਲ ਆਉਣੀ ਹੈ ਉਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਗਏ ਸਨ ਕਿ ਨਹੀਂ ਜੀ ਤੇ ਦੂਜੀ ਗੱਲ ਇਹ ਆ ਕਿ ਜੇਕਰ ਉਹ ਗਏ ਸਨ ਤਾਂ ਫਿਰ ਇਹ ਮਾਮਲਾ ਇੱਥੋਂ ਤੱਕ ਵਧਿਆ ਹੀ ਕਿਉਂ ਫਿਰ ਤੇ ਤੁਹਾਨੂੰ ਉੱਥੇ ਆਪ ਚਾਹੇ ਆਪਣੇ ਮੁੰਡੇ ਦਾ ਕੋਈ ਨੁਕਸ ਨਜ਼ਰ ਆਉਂਦਾ ਸੀ ਚਾਹੇ ਦੂਸਰੇ ਦਾ ਕੋਈ ਨੁਕਸਿਆ ਤੁਸੀਂ ਉੱਥੇ ਕੱਢ ਦਿੱਤੇ ਨਵੇੜਾ ਹੁੰਦਾ ਜੀ ਚਲੋ ਹੁਣ ਝਗੜਾ ਛੇੜਾ ਜੇ ਵੱਧ ਗਿਆ ਤੇ ਤੁਹਾਨੂੰ ਪ੍ਰਤੀਕਰਮ ਤੇ ਕੋਈ ਨਾ ਕੋਈ ਦੇਣਾ ਚਾਹੀਦਾ ਸੀਗਾ ਜੀ ਹੁਣ ਸਾਡੀ ਟੀਮ ਨੇ ਜਦੋਂ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਉਹ ਸਿਰਫ ਇੱਕੋ ਗੱਲ ਕਹਿ ਰਹੇ ਆ ਕਿ ਦੇਖੋ ਜੀ ਕਾਨੂੰਨ ਆਪਣਾ ਕੰਮ ਕਰੇਗਾ ਮੈਂ ਤੇ ਉਹਦੇਪੁਰ ਮੀਟਿੰਗ ਦੇ ਵਿੱਚ ਆ ਇਹ ਸ਼ਾਇਦ ਪਹਿਲਾ ਵਰਸ਼ਨ ਐ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਰਿੰਦਾਵਾ ਸਾਹਿਬ ਜਿਹੜਾ ਆਫੀਸ਼ੀਅਲੀ ਆਪਣੇ ਨਾਲ ਉਹਨਾਂ ਨੇ ਸਾਂਝਾ ਕੀਤਾ ਵਾ ਪਰ ਵੱਡੀ ਗੱਲ ਇਹ ਆ ਕਿ ਜੇ ਤੁਸੀਂ ਹੁਣ ਫੋਨ ਚੁੱਕ ਕੇ ਇੰਨੀ ਗੱਲ ਕਹਿ ਸਕਦੇ ਹੋ ਕਿ ਤੁਸੀਂ ਟਵੀਟ ਵਗੈਰਾ ਕਰ ਦਿੰਦੇ ਤੇ ਬਿਹਤਰ ਸੀ ਸਥਿਤੀ ਸਾਫ਼ ਹੁੰਦੀ ਗੱਲ ਇਹ ਆ ਕਿ ਜੇ ਕਾਨੂੰਨ ਵੇਖੇਗਾ ਮੇਰਾ ਸਵਾਲ ਇਹ ਆ ਕਿ ਫਿਰ ਜੇ ਦੋਸ਼ ਇਹ ਸਹੀ ਐ ਸਿੱਧ ਹੋ ਜਾਂਦਾ ਕਿ ਤੁਸੀਂ ਥਾਣੇ ਗਏ ਤੇ ਫਿਰ ਤੁਹਾਨੂੰ ਥਾਣੇ ਜਾਣ ਦੀ ਲੋੜ ਕੀ ਸੀ ਪਰ ਤੁਸੀਂ ਕਹਿੰਦੇ ਕਿ ਤੁਸੀਂ ਵੇਖੋ ਬਈ ਕੌਣ ਗਲਤ ਆ ਕਿਉਂਕਿ ਲੜਾਈ ਹੁਣ ਮੁੰਡਿਆਂ ਦੀ ਆ ਨੌਜਵਾਨਾਂ ਦੀ ਆ ਜੀ ਪਰ ਇਹਦੇ 'ਚ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਸਾਬਕਾ ਸੀਐਮਓ ਤੇ ਤੁਸੀਂ ਕਿਸੇ ਆਮ ਬੱਚੇ ਦੇ ਨਾਲ ਕੋਈ ਧੱਕਾ ਕਰਦੇ ਹੋ ਤੇ ਦੂਜੀ ਗੱਲ ਇਹ ਹੈ ਕਿ ਜੋ ਹੈ ਉਹੀ ਸੱਚ ਦੂਜੀ ਧਿਰ ਨੂੰ ਵੀ ਦੱਸਣਾ ਚਾਹੀਦਾ ਜੀ ਕਿਉਂਕਿ ਸਿਆਸਤ ਜਦੋਂ ਵਿੱਚ ਸ਼ਾਮਲ ਹੋ ਜਾਂਦੀ ਹੈ ਨਾ ਜੀ ਉਹ ਫਿਰ ਤੁਹਾਨੂੰ ਆਪਣੇ ਹਿਸਾਬ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ ਆ ਤੇ ਕਈ ਵਾਰ ਸੱਚ ਉਹਦੇ ਤੋਂ ਦੂਰ ਹੋ ਜਾਂਦਾ ਹੈ ਜੀ ਇਹ ਵੀ ਨੁਕਸਾਨ ਹੁੰਦਾ ਹੈ ਜੀ ਤਾਂ ਲੋਕ ਜਿਹੜੇ ਤੁਹਾਡੇ ਨਾਲ ਜੁੜਦੇ ਨੇ ਹਮਦਰਦੀ ਦਿੰਦੇ ਨੇ ਤੁਹਾਡੀ ਸਪੋਰਟ ਕਰਦੇ ਨੇ ਫਿਰ ਕਈ ਵਾਰ ਉਹ ਵੀ ਪਿੱਛਾਂ ਹਟ ਜਾਂਦੇ ਨੇ ਜੀ ਜਗਰਾਉਂ ਵਾਲੀ ਕੋਠੀ ਦਾ ਮਾਮਲਾ ਤੁਸੀਂ ਵੇਖਿਆ ਹੀ ਨਾ ਇੱਕ ਮਿਸਾਲ ਆ ਉਹਦੇ ਵਿੱਚ ਜੀ ਕਿ ਕਿਸ ਤਰ੍ਹਾਂ ਲੋਕ ਸਮਰਥਨ ਦੇ ਰਹੇ ਸੀ ਅਚਾਨਕ ਕੁਝ ਸਿਆਸਤ ਜਿਹੜੀ ਹੈ ਉਹ ਆਪਣੀ ਗੇਮ ਖੇਡਦੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹੁਣ ਉਸ ਪਰਿਵਾਰ ਨੂੰ ਹਾਈ ਕੋਰਟ ਤੱਕ ਜਾਣਾ ਪਿਆ ਹਾਂਜੀ ਜਦ ਕਿ ਉਹ ਸਿਆਸਤ ਤੇ ਲਾਰੇ ਲਾ ਕੇ ਪਹਿਲਾ ਆਪਣਾ ਬਣਾ ਕੇ ਸਾਨੂੰ ਲੁੱਟਿਆ ਤੇ ਲਾਰੇ ਲਾ ਕੇ ਮੁਕਰ ਗਿਆ ਉਹ ਉਹ ਤੇ ਮੁਕਰ ਕੇ ਤਾਂ ਹੀ ਤੇ ਹਾਈ ਕੋਰਟ ਜਾਣਾ ਪਿਆ ਜੀ ਜੇ ਸਾਰਾ ਕੁਝ ਸਿਆਸਤ ਨੇ ਸੱਚੀਉਂ ਕਰ ਦਿੱਤਾ ਹੁੰਦਾ ਤੇ ਫਿਰ ਹਾਈ ਕੋਰਟ ਉਹਨਾਂ ਨੂੰ ਘੁੰਮਣ ਦਾ ਥੋੜੀ ਸ਼ੌਂਕ ਸੀ ਕੋਈ ਕਿ ਹਾਈ ਕੋਰਟ ਚਲੋ ਵੇਖ ਕੇ ਆਈਏ ਜੀ ਕਿਹੋ ਜਿਹਾ ਬਣਿਆ ਤੇ ਇਸ ਕਰਕੇ ਮੈਂ ਤੇ ਇਹੀ ਕਹੂੰਗਾ ਬਈ ਇਹੀ ਹੋਣਾ ਵੀ ਇਹੀ ਚਾਹੀਦਾ ਕਿ ਪੁਲਿਸ ਨਿਰਪੱਖ ਢੰਗ ਦੇ ਨਾਲ ਜਾਂਚ ਪੜਤਾਲ ਕਰੇ ਜੋ ਵੀ ਸੱਚ ਹੈ ਸਾਹਮਣੇ ਲਿਆਵੇ ਤੇ ਫੇਰ ਅੱਗੇ ਦੀ ਕਾਰਵਾਈ ਚੜੀ ਹੋਰ ਅੰਬੀ ਜਾਵੇ ਜੀ 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 ਇਧਰੋਂ ਕਮੈਂਟ ਵੀ ਖਾਸੇ ਆ ਰਹੇ ਮਿੰਟੂ ਜੀ ਇਸ ਵਿਸ਼ੇ ਨੂੰ ਲੈ ਕੇ ਤਾ ਮਾਫ ਕਰਨਾ ਤੇ ਇਧਰੋਂ ਚੌਧਰੀ ਸਾਹਿਬ ਕਹਿੰਦੇ ਮਿੰਟੂ ਜੀ ਕਹਿੰਦੇ ਕੰਮ ਤਾਂ ਪੁੱਠਾ ਹੋਇਆਗਾ ਜੀ ਅੰਦਰ ਦੀ ਗੱਲ ਤਾਂ ਇਹ ਕਹਿੰਦੇ ਕਿ ਉਹਦੇ ਵੀ ਰੰਧਾਵਾ ਦੇ ਥੱਪੜ ਵੱਜੇ ਨੇ ਜੀ ਕਹਿੰਦੇ ਕਿ ਉਹਨਾਂ ਨਾਲ ਕੁੱਟਮਾਰ ਹੋਈ ਆ ਇਹ ਮੁੰਡਾ ਜਿਹੜਾ ਦੂਸਰਾ ਹੈ ਬਹੁਤ ਤੇਜ਼ ਆ ਲੋਕ ਦਾ ਸਟੂਡੈਂਟ ਆ ਤੇ ਉਥੋਂ ਕੁੱਟ ਕੇ ਨਿਕਲੇ ਨੇ ਤੇ ਬਾਅਦ ਦੇ ਵਿੱਚ ਆ ਕੇ ਕਹਿੰਦੇ ਕਿ ਇੰਨਾਂ ਇਦਾਂ ਕਰ ਦਿੱਤਾ ਤੇ ਨਾਲ ਹੀ ਕਹਿੰਦੇ ਕਿ ਮੁਕਸਰ ਸਾਈਡ ਦਾ ਮੁੰਡਾ ਜੀ ਕਹਿੰਦੇ ਕਿ ਅੱਛਾ ਮੁਕਸਰ ਸਾਈਡ ਦਾ ਉਹਦੀ ਬੋਲੀ ਤੇ ਵਿੱਚ ਮਲਵਈਆਂ ਵਾਲੀ ਆ ਜੀ ਇਹਦਾ ਮਤਲਬ ਕਿ ਐ ਸਾਈਡ ਦਾ ਹੋ ਸਕਦਾ ਨਹੀਂ ਉਹੀ ਆ ਫਿਰ ਫੁਟੇਜ ਵਗੈਰਾ ਜਿਹੜੀ ਹੈਗੀ ਉਹ ਨਿਕਲਣੀ ਚਾਹੀਦੀ ਆ ਜੀ ਨਹੀਂ ਗੱਲ ਇਹ ਆ ਕਿ ਕਿਸੇ ਨਾਲ ਉਹੀ ਮੈਂ ਕਹਿੰਦਾ ਨਿਰਪੱਖ ਢੰਗ ਨਾਲ ਇੱਕ ਦੋ ਚੀਜ਼ਾਂ ਮੈਂ ਵੀ ਵਿੱਚੋਂ ਨੋਟ ਕਰਕੇ ਕਹੀਆਂ ਨੇ ਜੀ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਜੀ ਜੇ ਮੰਨ ਲਓ ਰੰਧਾਵਾ ਦਾ ਕੋਈ ਪੁੱਤਰ ਹੈ ਤੇ ਇਹਦਾ ਮਤਲਬ ਇਹ ਨਹੀਂ ਕੋਈ ਉਹਨੂੰ ਕੋਈ ਜੁੱਤੀਆਂ ਮਾਰੇ ਜੀ ਇਹ ਵੀ ਉਹਨਾਂ ਹੀ ਸੱਚ ਆ ਜਿੰਨਾ ਇਹ ਆਪਾਂ ਇਹ ਕਹਿੰਦੇ ਆ ਕਿ ਕੋਈ ਪਾਵਰਫੁੱਲ ਬੰਦਾ ਜਾਂ ਉਹਦਾ ਬੱਚਾ ਕਿਸੇ ਆਮ ਬੰਦੇ ਤੇ ਕਿਉਂ ਹੱਥ ਚੁੱਕੇ ਫਿਰ ਉਹ ਦੂਜੀ ਸਾਈਡ ਤੇ ਵੀ ਇਹ ਗੱਲ ਲੱਗੂ ਹਾਂਜੀ ਹਾਂਜੀ ਵਾਇਸਵਰ ਸਾਹਿਬ ਜੇ ਤੱਕਾ ਕਰੇ ਵੀ ਨਾ ਤੇ ਤੱਕ ਹੋਵੇ ਵੀ ਇੱਜ਼ਤ ਸਭ ਦੀ ਪਿਆਰੀ ਆ ਭਾਈ ਇੱਜ਼ਤ ਸਭ ਨੂੰ ਪਿਆਰੀ ਆ ਬੱਚੇ ਸਭ ਨੂੰ ਪਿਆਰੇ ਆ ਮੈਂ ਇਹੀ ਕਹਿ ਰਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਚਾਹੀਦਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ ਦੋਸ਼ ਕਾਫੀ ਵੱਡੇ ਲੱਗੇ ਤੇ ਮਾਮਲਾ ਕਾਫੀ ਵੱਡਾ ਬਣ ਗਿਆ ਹਾਂਜੀ 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 ਹਰਪ੍ਰੀਤ ਸਿੰਘ ਸਰਾਕਰ ਜੀ ਇਹਦਾਵਾ ਸਾਹਿਬ ਨੇ ਥਾਣੇ ਵਿੱਚੋਂ ਮੁੰਡੇ ਦੇ ਮੋਬਾਈਲ ਵਿੱਚੋਂ ਵੀਡੀਓ ਵੀ ਡਿਲੀਟ ਕਰਵਾਈ ਹੈ ਜੀ ਕਹਿੰਦੇ ਕਿ ਭਾਈ ਹਾਂਜੀ ਫਿਰ ਹੋ ਸਕਦਾ ਬਿਲਕੁਲ ਹੋ ਤਾਂ ਹੁਣ ਦੋਸ਼ ਦੂਜੀ ਸਾਈਡ ਤੇ ਆ ਗਿਆ ਤਾਂ ਇੱਕ ਇਧਰੋਂ ਦੋਸ਼ ਲੱਗ ਰਿਹਾ ਇੱਕ ਉਧਰੋਂ ਲੱਗ ਰਿਹਾ ਹੁਣ ਜੇ ਵੀਡੀਓ ਡਿਲੀਟ ਹੋਈ ਵੈਸੇ ਤਾਂ ਰਿਕਵਰ ਹੋ ਜਾਣੀ ਆ ਪਰ ਮੈਂ ਇੱਕ ਥਾਂ ਤੇ ਉਹ ਇੱਕ ਵੀਡੀਓ ਵੇਖੀ ਆ ਜਿਹਦੇ ਚੋ ਕੁਛ ਕੈਮਰਾ ਮਤਲਬ ਕਿ ਇਸ ਤਰ੍ਹਾਂ ਨਾ ਜਿਵੇਂ ਝਪਟਦੇ ਆ ਉਹ ਯਤਨ ਕੀਤਾ ਜਾ ਰਿਹਾ ਤੇ ਕੋਈ ਦਸਤਾਰ ਧਾਰੀ ਨੌਜਵਾਨ ਆ ਜਿਹਦੇ ਮੂੰਹ ਤੇ ਮਾਸਕ ਪਾਇਆ ਹੋਇਆ ਹੈ ਜੀ ਉਹ ਹੁਣ ਕੌਣ ਹੈ ਤਾ ਉਹ ਕੌਣ ਹੈ ਮੈਨੂੰ ਪਤਾ ਨਹੀਂ ਉਹ ਵੀ ਵੀਡੀਓ ਵੇਖਣ ਨੂੰ ਮਿਲੀ ਹੈ ਤੇ ਉਹਦੇ ਵਿੱਚ ਗਨਮੈਨ ਵੀ ਫਰੇਮ ਦੇ ਵਿੱਚ ਹੈਗੇ ਨੇ ਜੀ ਉਹ ਕਿੱਥੋਂ ਦੀ ਵੀਡੀਓ ਹੈ ਕਿਹਦੀ ਵੀਡੀਓ ਹੈ ਉਹ ਹੁਣ ਬਈ ਕੁਖ ਪੜਤਾਲ ਕੋਈ ਹੋਵੇਗੀ ਤਾਂ ਫਿਰ ਮਾਨਸਾ ਪਤਾ ਲੱਗੇਗਾ ਪਰ ਇਹ ਮਾਮਲਾ ਕਾਫੀ ਵਿਗੜ ਗਿਆ ਜੀ 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 ਨਾਲ ਹੀ ਮਿੰਟੂ ਜੀ ਇਹ ਵੀ ਕਹ ਰਹੇ ਉੱਪਰ ਕਵੀਰ ਕਹਿੰਦੇ ਕਿ ਬਈ ਫਿਰ ਗਨਮੈਨ ਕੌਣ ਚੱਕੀ ਫਿਰਦਾ ਸੀ ਰੰਧਾਵਾ ਸਾਹਿਬ ਦਾ ਬੇਟਾ ਕਹਿੰਨੇ ਕਿ ਬਈ ਕਿੱਥੋਂ ਲਈ ਫਿਰਦਾ ਸੀ ਚਲੋ ਦੇਖੋ ਗਨਮੈਨ ਤਾਂ ਆਪਾਂ ਨਹੀਂ ਤੈਅ ਕਰ ਸਕਦੇ ਇਹ ਤਾਂ ਇਹਨਾਂ ਨੇ ਵੇਖਣਾ ਹੈ ਕਿ ਗਾਂ ਜੁਆਕਾਂ ਨੂੰ ਵੀ ਗਨਮੈਨਾਂ ਦੀ ਲੋੜ ਆ ਹਾਂਜੀ ਉਹ ਤਾਂ ਕਹਿ ਸਕਦੇ ਆ ਕਿ ਮੇਰੇ ਕੋਲ ਹੋਮ ਮਿਨਿਸਟਰੀ ਸੀ ਜਾਂ ਜੇਲ ਮਿਨਿਸਟਰੀ ਸੀਗੀ ਇਸ ਦਰਮਿਆਨ ਉਹ ਗੈਂਗਸਟਰਾਂ ਦੀ ਥ੍ਰੈਟ ਵਗੈਰਾ ਤਾਂ ਕਹਿ ਸਕਦੇ ਆ ਕਿ ਗਾਂਵ ਫਿਰ ਬੱਚਿਆਂ ਨੂੰ ਵੀ ਬਈ ਸਿਕਿਉਰਟੀ ਉਹ ਤਾਂ ਚਲੋ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਉਹ ਸਰਕਾਰ ਨੇ ਵੇਖਣਾ ਹੁਣ ਤਾਂ ਸਰਕਾਰ ਉਹਨਾਂ ਦੀ ਹੈ ਨਹੀਂ ਗੀ ਜੀ ਉਹ ਤਾਂ ਸਰਕਾਰ ਨੇ ਵੇਖਣਾ ਹੁੰਦਾ ਕਿ ਕਿਸ ਨੂੰ ਸਿਕਿਉਰਟੀ ਚਾਹੀਦੀ ਆ ਕਿਉਂਕਿ ਆਪਾਂ ਐਵੇਂ ਕਹਿ ਦਈਏ ਅੱਗੇ ਤੁਹਾਨੂੰ ਪਤਾ ਨਾ ਸਿਕਿਉਰਟੀ ਵਾਲਾ ਮਸਲਾ ਕਿੱਡਾ ਵੱਡਾ ਬਣਿਆ ਸੀ ਜੀ ਕੱਲ ਨੂੰ ਕਿਸੇ ਦਾ ਕੋਈ ਨੁਕਸਾਨ ਹੋ ਜਾਵੇ ਉਹ ਸਰਕਾਰ ਦਾ ਵੇਖਣਾ ਕੰਮ ਹੈ ਇੰਟੈਲੀਜੈਂਸ ਦਾ ਵੇਖਣਾ ਕੰਮ ਹੈ ਪਰ ਗਨਮੈਨ ਨਾਲ ਹੋਣ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਦੂਜਿਆਂ ਨੂੰ ਕੀੜੇ ਮਕੌੜਿਆਂ ਨੂੰ ਮਸਲ ਕੇ ਰੱਖ ਦਿਓ ਜੀ ਜਾਂ سنگੀਨਾ ਦਾ ਸਾਲਟਾਂ ਦਾ ਤੁਸੀਂ ਰੋ ਪਾਉ ਕਿਸੇ ਦਾ ਜੀ ਇਹ ਮਤਲਬ ਨਹੀਂ ਹੁੰਦਾ ਜੀ ਸਿਕਿਉਰਟੀ ਸਿਰਫ ਤੇ ਸਿਰਫ ਇਹ ਆ ਕਿ ਤੁਹਾਡੀ ਜਾਨ ਬਚਾਉਣ ਵਾਸਤੇ ਆ ਆ ਪਿੱਛੇ ਜੇ ਇਹ ਚਲੇ ਗਿਆ ਸੱਜਣ ਹਾਈ ਕੋਰਟ ਦੇ ਵਿੱਚ ਜੀ ਕਿ ਮੈਨੂੰ ਸਿਕਿਉਰਟੀ ਚਾਹੀਦੀ ਆ ਉਹਨਾਂ ਨੇ ਕਿਹ ਦੇ ਦਿਆਂਗੇ ਗੱਲ ਹੀ ਕੋਈ ਨਹੀਂ ਜੀ ਉਹ ਬੜਾ ਖੁਸ਼ ਹੋਇਆ ਜੀ ਉਹਨੇ ਵਾਹ ਜੀ ਵਾਹ ਵਾਹ ਜੀ ਤੇ ਗੱਲ ਬਣ ਗਈ ਮੌਜ ਬਣ ਗਈ ਆ ਹਾਂਜੀ ਉਹਨਾਂ ਆਖਿਆ ਅਗਲੀ ਗੱਲ ਵੀ ਸੁਣ ਲਾ ਪਾ ਜਾ ਨਾ ਜਾ ਹੁਣਾ ਜੀ ਗੱਲ ਸੁਣ ਕੇ ਜਾ ਪੂਰੀ ਜੀ ਤੂੰ ਸਿਰਫ ਤੇ ਸਿਰਫ ਘਰੇ ਰਹਿਣਾ ਐਦੋ ਬਾਹਰ ਨਹੀਂ ਨਿਕਲਣਾ ਮੀਨਾ ਜੀ ਨਾ ਤੂੰ ਕਿਸੇ ਵਿਆਹ ਸ਼ਾਦੀ ਤੇ ਜਾਣਾ ਨਾ ਤੂੰ ਕਿਸੇ ਹੋਰ ਇਸ ਤਰ੍ਹਾਂ ਦੇ ਸਮਾਗਮ ਚ ਸ਼ਾਮਲ ਹੋਣਾ ਤੋ ਕਿ ਤੇਰੀ ਜਾਨ ਨੂੰ ਖਤਰਾ ਹੈ ਜੀ ਨਾ ਤੂੰ ਬਿਣਾ ਕੰਮ ਤੋਂ ਬਾਜ਼ਾਰ ਚ ਦੌੜੇ ਫਿਰਨਾ ਮੀਨਾ ਐ ਰਹਿ ਫਿਰ ਦੇਖਦੇ ਆਂ ਤਾਂ ਬੰਨ ਕੇ ਬਿਠਾਤਾ ਵੀ ਇਹ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਚੱਕੇ ਗਨਮੈਨ ਕਦੇ ਉੱਥੇ ਚੱਲ ਗਿਆ ਕਦੇ ਉੱਥੇ ਵੜ ਗਿਆ ਕਦੇ ਉਹਦੇ ਵਿਆਹ ਚ ਚਲੇ ਗਿਆ ਉੱਥੇ ਟੇਬਲ ਲਵਾ ਲਿਆ ਚਾਰ ਇੱਧਰ ਬਿਠਾ ਲੈ ਚਾਰ ਇੱਧਰ ਬਿਠਾ ਲੈ ਖਿੱਚ ਫੋਟੋ ਮੇਰੀ ਖਿੱਚ ਫੋਟੋ ਜੀ ਤਾਂ ਮਤਲਬ ਕਿ ਸਿਕਿਉਰਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਭਾਈ ਤੁਸੀਂ ਗਨਮੈਨ ਲੈ ਕੇ ਰੋ ਮਾਰਦੇ ਫਿਰੋ ਜਾਂ ਫੋਟੋ ਸੈਸ਼ਨ ਕਰਵਾਉਂਦੇ ਫਿਰੋ ਹਾਂਜੀ ਗੱਲ ਠੀਕ ਹੈ ਤੁਹਾਡੀ ਜੀ ਹੁਣੇ ਦਰੋ ਰਮਨ ਜੀ ਇਹ ਨਵਾਂ ਹੀ ਮਾਮਲਾ ਦੱਸ ਰਿਹਾ ਕਿ ਨਿੱਕੇ ਮਾਮਲਾ ਹੀ ਕੁੜੀ ਦਾ ਜੀ ਹੁਣੇ ਤਾਂ ਪਤਾ ਨਹੀਂ ਇਹ ਸਾਨੂੰ ਨਹੀਂ ਪਤਾ ਜੀ ਕੁੜੀ ਦਾ ਕਿਹਦਾ ਹੈ ਮਾਮਲਾ ਪਰ ਜੋ ਵੀ ਹੈ ਤੁਹਾਡੇ ਸਾਹਮਣੇ ਮਾਮਲਾ ਤੇ ਹੁਣ ਪਬਲਿਕ ਡੋਮੇਨ ਚ ਆ ਗਿਆ ਉਹ ਦੱਸਣਗੇ ਕਿ ਕੀ ਰੌਲਾ ਹੈ ਪਰ ਇਹਨਾਂ ਦੀ ਆਪਸ ਚ ਲਾਕ ਡਾਟ ਤੇ ਉਹ ਉਹਨਾਂ ਦੀ ਜਿਹੜੀ ਬਾਈਟ ਆਈ ਆ ਨਰਵੀਰ ਸਿੰਘ ਗਿੱਲੋਂ ਰਾਦੀ ਉਹਦੇ ਤੋਂ ਸਾਫ਼ ਹੁੰਦਾ ਉਹ ਕਹਿੰਦੇ ਕਿ 2019 ਤੋਂ ਹੀ ਦਬਾਰਿਆ ਸਾਨੂੰ ਜੀ ਤੇ ਇਹਦਾ ਮਤਲਬ ਹੈ ਕਿ ਮਾਮਲਾ 3-4 ਸਾਲ ਪੁਰਾਣਾ ਚੱਲਦਾ ਆ ਰਿਹਾ ਹੈ ਇਹ ਤਾਂ ਅਸੀਂ ਕਹਿ ਸਕਦੇ ਹੁਣ ਮਾਮਲਾ ਕਾਦਾ ਹੈ ਭਾਈ ਇਹ ਤੇ ਆਪਨ ਨੂੰ ਹੀ ਪਤਾਏਗਾ ਜੀ 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 ਰੰਦਾਵਾ ਸਾਹਿਬ ਨੇ ਕਹਿੰਦੇ ਕਿ ਡਿਲੀਟ ਕਰਾਈਏ ਵੀਡੀਓ ਤੇ ਹੁਣ ਉਧਰ ਉਹ ਸਮਝ ਨਹੀਂ ਆ ਰਹੀ ਬਾਈ ਫਿਰ ਡਿਲੀਟ ਕਿਨੇ ਕਰਾਈ ਕਿਨੇ ਨਹੀਂ ਕਹਿੰਦੇ ਕਿ ਬਾਅਦ ਚ ਮੁੰਡਾ ਵੀ ਕਹਿ ਰਿਹਾ ਸੀ ਕਹਿੰਦਾ ਕਿ ਮੇਰੀ ਵੀਡੀਓ ਜਿਹੜੀ ਉਹ ਬਣਾਈ ਸੀਗੀ ਕੁੱਟਮਾਰ ਦੀ ਅਸੀਂ ਡਿਲੀਟ ਕਰਵਾਈਏ ਫਿਰ ਕਹਿੰਦਾ ਕਿ ਅਸੀਂ ਕਢਵਾਵਾਂਗੇ ਦੁਬਾਰਾ ਜੀ ਕਹਿੰਦੇ ਕਿ ਭਾਈ ਹੁਣ ਪਤਾ ਨਹੀਂ ਹੋ ਸਕਦਾ ਕਿ ਉਹ ਤਾਂ ਕੋਈ ਸ਼ਬਦ ਬੋਲਣ ਚ ਕੋਈ ਕਈ ਵਾਰ ਹੋ ਜਾਂਦਾ ਤਾਂ ਠਾ ਜੀ ਤੇ ਉਹਨੇ ਇਹ ਗੱਲ ਤੇ ਜ਼ਰੂਰ ਕਹੀ ਆ ਕਿ ਅਸੀਂ ਕਢਾਵਾਂਗੇ ਜੀ ਤਾਂ ਉਹ ਕਵਰ ਹੋ ਜਾਣੀ ਆ ਵੀਡੀਓ ਜੇ ਕਿਤੇ ਹੋਈ ਬਾਕੀ ਥਾਣਿਆਂ ਚ ਸੀਸੀਟੀਵੀ ਕੈਮਰੇ ਹੈਗੇ ਨੇ ਜੀ ਸਾਫ਼ ਤੇ ਸਪਸ਼ਟ ਹੋ ਜਾਣਾ ਜੀ ਪਰ ਦੂਜੀ ਗੱਲ ਮੈਂ ਜਿਹੜੀ ਕਹਿਣੀ ਚਾਹਾਂਗਾ ਨਾ ਜੀ ਵੇਖੋ ਬੱਚਿਆਂ ਨੇ ਪੜ੍ਹਨਾ ਵੀ ਆ ਹਾਂਜੀ ਬੱਚੇ ਦਾ ਬਾਪ ਜੇ ਲੀਡਰ ਆ ਤੇ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਚ ਉਹ ਲੀਡਰ ਚੰਗਾ ਹੈ ਮੰਦਾ ਹੈ ਉਹਦੇ ਧੀ ਪੁੱਤ ਨੂੰ ਆਪਾਂ ਕੋਈ ਉਹਦਾ ਦੋਸ਼ੀ ਨਹੀਂ ਬਣਾ ਸਕਦੇ ਹਾਂਜੀ ਜੇ ਉਹਨੇ ਗਲਤੀ ਕੀਤੀ ਹੋਵੇ ਤੇ ਕਰਮ ਨੇ ਜੀ ਉਹ ਆਪਣੇ ਕਰਮਾਂ ਵਾਸਤੇ ਆਪ ਜ਼ਿੰਮੇਵਾਰ ਹੋ ਤੇ ਚੰਗੇ ਆ ਤਾਂ ਜੱਗ ਤੇ ਸਲਾਉਤ ਮਿਲਣੀ ਆ ਕਿਸੇ ਲੀਡਰ ਦੇ ਮੰਦੇ ਕੰਮ ਆ ਤੇ ਉਹਨੂੰ ਜੱਗ ਤੋਂ ਲਾਂਤਾਂ ਮਿਲਣੀ ਆ ਇਹ ਸਾਫ਼ ਸਪਸ਼ਟ ਤੇ ਵੱਡਾ ਸੱਚ ਆ ਜੀ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਆ ਮਾ ਕਿ ਇਸ ਤਰ੍ਹਾਂ ਹੋਇਆ ਜ਼ਰੂਰ ਆ ਜੀ ਇਸ ਮਾਮਲੇ 'ਚ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੁਣੇ ਅਜੇ ਘੰਟਾ ਪਹਿਲਾਂ ਇਹ ਮਾਮਲਾ ਉਛਲਿਆ ਜੀ ਇਹਦੇ ਵਿੱਚ بڑے ਮੋੜ ਆ ਸਕਦੇ ਆ ਮੋੜ ਕੋੜ ਆ ਸਕਦੇ ਆ ਅਸੀਂ ਸਿਰਫ ਓਨੀ ਗੱਲ ਕੀਤੀ ਹੈ ਜਿਹੜੀ ਦੋਆ ਸਾਈਡਾਂ ਤੋਂ ਆਈ ਆ ਰੰਧਾਵਾ ਸਾਹਿਬ ਨੇ ਜੋ ਪ੍ਰਤੀਕਰਮ ਦਿੱਤਾ ਜਾਂ ਮੁੰਡੇ ਨੇ ਜਿਹੜੀ ਗੱਲ ਆਪਣੀ ਰੱਖੀ ਆ ਤੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਗੱਲਾਂ ਸੁਣੀਆਂ ਤੇ ਉਹਦੇ ਵਿੱਚੋਂ ਕੋਈ ਗੱਲ ਨਿਕਲ ਆਏ ਜੀ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਕਈ ਵਾਰ ਔਲਾਦਾਂ ਨਾ ਬਹੁਤ ਫਸਾ ਵੀ ਦਿੰਦੀਆਂ ਨੇ ਬੰਦੇ ਨੂੰ ਜੀ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਵਾਰੀ ਸਦੀਕ ਸਾਹਿਬ ਉਦੋਂ ਸੀਗੇ ਵਧਾਇਕਾ ਜੀ ਤੇ ਇਹਨਾਂ ਦਾ ਮਤਲਬ ਕਿ ਥੋੜਾ ਦੂਰ ਦਾ ਸੀਗਾ ਰਿਸ਼ਤੇ ਚੋ ਕਹਿ ਲਓ ਕਿ ਜਵਾਈ ਲੱਗਦਾ ਸੀਗਾ ਜੀ ਤੇ ਉਹਦੇ ਕੋਲੋਂ ਫਰਜੀ ਆਈਡੈਂਟੀਟੀ ਕਾਰਡ ਫੜਿਆ ਗਿਆ ਸੀਗਾ ਅੱਛਾ ਜੀ ਮੁੰਬਈ ਕ੍ਰਾਈਮ ਬ੍ਰਾਂਚ ਦਾ ਲੁਧਿਆਣੇ ਵਾਲਾ ਫੜ ਲਿਆ ਸੀਗਾ ਜੀ ਕਿ ਉਸ ਵੇਲੇ ਵੀ ਉਸ ਵੇਲੇ ਵੀ ਬਹੁਤ ਖਬਰਾਂ ਮੜੀਆਂ ਸੀ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਤਾਂ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਹੁਣ ਬਬੇ ਹਾਲੀ ਜਿਹੜਾ ਹੁੰਦਾ ਸੀਗਾ ਵਧਾਇਕ ਉਸ ਟਾਈਮ ਉਹ ਉਹਦਾ ਮੁੰਡੇ ਤੇ ਵੀ ਇਹੋ ਦੋਸ਼ ਸੀ ਕਿ ਤਿੰਨ ਚਾਰ ਨਾਲ ਲੈ ਕੇ ਤੇ ਉਹਨੇ ਬੰਦਾ ਕੁੱਟ ਘੱਟਿਆ ਕੇਸ ਤਰਜ ਹੋ ਗਿਆ ਸੀਗਾ ਉਹਦੀ ਬੁੱਕ ਹੋ ਗਿਆ ਸੀਗਾ ਕੇਸ ਦੇ ਵਿੱਚ ਇਸ ਤਰ੍ਹਾਂ ਹੀ ਉਹ ਕੈਪਟਨ ਕਮਲਜੀਤ ਸਿੰਘ ਦਾ ਮੁੰਡਾ ਫਸ ਗਿਆ ਸੀਗਾ ਜੀ ਬਣੀ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਵਿੱਚ ਉਹ ਇੱਕ ਕੋਈ ਉਹ ਪਤਾ ਨਹੀਂ ਕੀ ਸਪਾਸ ਸੀ ਸੈਂਟਰ ਸੀ ਕਿ ਕਿਹੜਾ ਸੀਗਾ ਹਾਂਜੀ ਹਾਂਜੀ ਇਸ ਤਰ੍ਹਾਂ ਮਤਲਬ ਕਿ ਉਹ ਬਹੁਤ ਵੱਡੀਆਂ ਗੱਲਾਂ ਬਣ ਜਾਂਦੀਆਂ ਨੇ ਕਈ ਵਾਰ ਇਹ ਠੀਕ ਆ ਕਿ ਪਿਓ ਦੇ ਜਾਂ ਮਾਂ ਦੇ ਕੰਮਾਂ ਦਾ ਕੋਈ ਹਿੱਸੇਦਾਰ ਗਾਂਤੀ ਪੁੱਤ ਨਹੀਂ ਹੋ ਸਕਦਾ ਜੀ ਚਾਹੇ ਉਹ ਪ੍ਰੋਫੈਸ਼ਨਲ ਹੀ ਹੈ ਚਾਹੇ ਸਮਾਜਿਕ ਪੱਖ ਤੋਂ ਆਪਾਂ ਦੇਖੀਏ ਪਰ ਗੱਲ ਇਹ ਹੈ ਕਿ ਕਈ ਵਾਰ ਔਲਾਦ ਦੀ ਕੀਤੀ ਹੋਈ ਗਲਤੀ ਜਿਹੜੀ ਹੈ ਨਾ ਉਹ ਵੱਡਿਆਂ-ਵੱਡਿਆਂ ਨੂੰ ਵਕਤ 'ਚ ਪਾ ਦਿੰਦੀ ਆ ਜੀ ਇਸ ਤਰ੍ਹਾਂ ਦੇ ਮੈਨੂੰ 3-4 ਇਹ ਮਾਮਲੇ ਯਾਦ ਆ ਗਏ ਮੋٹے ਤੌਰ ਤੇ ਹਾਂਜੀ ਹੋਰ ਵੀ ਹੋਣਗੇ ਜਿਹੜੇ ਇਸ ਵੇਲੇ ਯਾਦਾਂ ਦੇ ਝਰੋਖੇ ਤੋਂ ਕਹਿ ਲੋ ਕਿਤੇ ਨਾ ਕਿਤੇ ਦੂਰ ਨੇ ਜੀ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜ਼ਿੰਮੇਵਾਰੀ ਸਮਝੋ ਜੇ ਤੁਸੀਂ ਕਿਸੇ ਸੈਲੀਬ੍ਰਿਟੀ ਦੇ ਜਾਂ ਕਿਸੇ ਲੀਡਰ ਦੇ ਮੁੰਡੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਤਾਂ ਤੁਸੀਂ ਤੇ ਕੰਪਲੇਂਟ ਦਿਓ ਨਾ ਸਭੋ ਹਾਂਜੀ ਕਿਉਂਕਿ ਤੁਹਾਡੇ ਕੋਲ ਤਾਂ ਪਾਵਰ ਹੈ ਤੁਹਾਡੀ ਜਾਣ ਪਛਾਣ ਹੈ ਸੋ ਇਹ ਜ਼ਰੂਰ ਸੋਚਣਾ ਚਾਹੀਦਾ ਵੈਸੇ ਮੈਂ ਵਾਰ-ਵਾਰ ਕਹੂੰਗਾ ਕਿ ਕਿਸੇ ਦੀ ਗਲਤੀ ਦਾ ਕਿਸੇ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਜੀ 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 ਇਹਦੇ ਨਾਲ ਹੀ ਮਿੰਟੂ ਜੀ ਮੈਂ ਕੁਝ ਕਮੈਂਟ ਲੈ ਲੈਣਾ ਮਨਪ੍ਰੀਜੇ ਕਨੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਲੱਗਦਾ ਸਾਡਾ ਪਿੰਡ ਬਲੂਕਾ ਚਲੋ ਧੰਨਵਾਦ ਤੁਹਾਡਾ ਜੀ ਉੱਪਰ ਕਹਿੰਦੇ ਜੀ ਰਜੀਵ ਜੀ ਵੀ ਕਹ ਰਹੇ ਸੀ ਇੱਕ ਵੀਰ ਹੋਰ ਵੀ ਕਹ ਰਹੇ ਸੀ ਕਿ ਨੇ ਯੂਨੀਵਰਸਿਟੀ ਦੇ ਵਿੱਚ ਵੀ ਕੱਲ ਕਿਸੇ ਲੀਡਰ ਦਾ ਵਿਰੋਧ ਹੋਇਆ ਆਮ ਆਰਮੀ ਪਾਰਟੀ ਦਾ ਜੀ ਦਾ ਹੀ ਉਹ ਵੀ ਘਰ ਕਿਦਾ ਕੋਈ ਵਿਧਾਇਕ ਹੈ ਉਹ ਦੱਸ ਦੇ ਕਿ ਉਹਨੂੰ ਉੱਥੇ ਬੁਲਾਇਆ ਗਿਆ ਇਹਨਾਂ ਦਾ ਚੱਲਦਾ ਪਿਆ ਨਾ ਸ਼ਾਇਦ ਇਲੈਕਸ਼ਨ ਵਾਲਾ ਮਾਮਲਾ ਹੈ ਹਾਂਜੀ ਯੂਨੀਵਰਸਿਟੀ ਤਾਂ ਸਰਪੰਚੀ ਕੱਲ ਤੁਸੀਂ ਉੱਥੇ ਤੋਂ ਉੱਥੇ ਜ਼ੋਰ ਲੱਗਾ ਪਿਆ ਹੈ ਹਾਂਜੀ ਇਹ ਜਦੋਂ ਕੋਈ ਗਿਆ ਵਿਧਾਇਕ ਤੇ ਉੱਥੇ ਕੋਈ ਸਵਾਲ ਜਵਾਬ ਹੋਏ ਨੇ ਕਿਸਾਨੀ ਨੂੰ ਲੈ ਕੇ ਹਾਂਜੀ ਉੱਥੇ ਕੋਈ ਤੈਸ਼ ਆਇਆ ਤੇ ਜਿਹੜਾ ਪੀਐਸਓ ਹੁੰਦਾ ਉਨੇ ਧੱਕਾਮੁਕੀ ਕੋਈ ਲਫੇੜਾ ਨੂੰ ਫੂੜਾ ਵੀ ਦੱਸ ਦੇ ਕਿ ਕਥੇ ਤੌਰ ਤੇ ਮਾਰਿਆ ਤੇ ਕਾਫੀ ਉਥੇ ਫਿਰ ਗਰਮਾ ਗਰਮੀ ਹੋ ਗਈ ਸੀ ਮੋਗੇ ਵਾਲੀ ਸਾਈਡ ਦਾ ਕੋਈ ਐਮਐਲਏ ਦੱਸਿਆ ਜਾ ਰਿਹਾ ਮੈਨੂੰ ਨਾਂ ਦਾ ਨਹੀਂ ਪਤਾ ਲੱਗਿਆ ਉਹ ਥੋੜੀ ਬਹੁਤੀ ਗੱਲ ਮੈਂ ਸੁਣੀ ਆਂ ਕੱਲ ਲਾਡੀ ਢੋਸ ਸ਼ਾਇਦ ਕੁਝ ਇਸ ਤਰ੍ਹਾਂ ਦਾ ਨਾਮ ਲਾਡੀ ਢੋਸ ਹਾਂਜੀ ਲਾਡੀ ਹਾਂਜੀ ਸ਼ਾਇਦ ਉਹਦਾ ਨਾਮ ਇਹੀ ਦੱਸਿਆ ਜਾ ਰਿਹਾ ਤੇ ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਸਵਾਲ ਜੇ ਤੁਹਾਨੂੰ ਕਿਤੇ ਕਿਸੇ ਵਿਦਿਆਰਥੀ ਨੇ ਕਰ ਦਿੱਤੇ ਆ ਤੇ ਕੀ ਆਖਰ ਆਉਂਦੀ ਆ ਜਾਂ ਕਿਸੇ ਵਿਦਿਆਰਥੀ ਦੇ ਸਮੂਹ ਨੇ ਕਰ ਦਿੱਤੇ ਤਾਂ ਕੀ ਹੋਣ ਲੱਗਾ ਕਿਉਂਕਿ ਵਿਦਿਆਰਥੀ ਸਵਾਲ ਨਾ ਕਰਨਗੇ ਤੇ ਫਿਰ ਤੁਹਾਨੂੰ ਸਵਾਲ ਕੌਣ ਮਰਦੇ ਕਰਨਗੇ ਸਿਵਿਆਂ 'ਚ ਉੱਠ ਕੇ ਜੀ ਸਵਾਲ ਤੇ ਜਾਉਂਦੇ ਆ ਨੇ ਕਰਨੇ ਆ ਨਾ ਤੇ ਜਾਉਂਦੇ ਆ 'ਚੋ ਵੀ ਉਹਨਾਂ ਨੇ ਕਰਨੇ ਆ ਜਿਹੜੇ ਜਾਗਦੇ ਆ ਤੇ ਜੇ ਸਵਾਲ ਕਰ ਦਿੱਤੇ ਤੇ ਕੀ ਫਿਰ ਬਵਾਲ ਕਾਦੇ ਆ ਜੀ ਚੁੱਪ ਕਰਕੇ ਜਵਾਬ ਦਿਓ ਪਰ ਅੱਜ ਕੱਲ ਲੋਕ ਕਹਿੰਦੇ ਆ ਕਿ ਜੇ ਇਹਨਾਂ ਨੂੰ ਸਵਾਲ ਪੁੱਛਣੇ ਜੇ ਨਾ ਤੇ ਸਿਰ ਤੇ ਲੋਹ ਟੋਪ ਪਾ ਕੇ ਜਾਓ ਕੋਈ ਪਤਾ ਨਹੀਂ ਅਗੋ ਵਿਧਾਇਕ ਕੋਈ ਸਿਰ 'ਚ ਡੰਡਾ ਮਾਰ ਕੇ ਤੇ ਮਧਾਣੀ ਚੀਰਾ ਪਾ ਦੇਵੇ ਜੀ ਡਰ ਵੀ ਇਹਨਾਂ ਤੋਂ ਵੱਡਾ ਲੱਗਦਾ ਹੈ ਨਾ ਹਾਂਜੀ 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 ਬਿਲਕੁਲ ਜੀ ਦੇ ਵੀ ਦੇਖੋ ਇਧਰ ਜਗਦੀਪ ਜੀ ਵੀ ਕਹ ਰਹੇ ਵੇਖੀ ਸਾਨੂੰ ਨਹੀਂ ਬਈ ਇਹਦੇ ਬਾਰੇ ਹਲੇ ਤੱਕ ਕੋਈ ਸਾਫ ਨਹੀਂ ਕੋਈ ਪੁਲਿਸ ਹੀ ਸਾਫ ਕਰੂਗੀ ਜਿਹਦਾ ਮਾਮਲਾ ਕੀ ਜਿਹਦਾ ਮਾਮਲਾ ਜਿਹਦਾ ਵੀ ਹੋਏਗਾ ਜਜਮੈਂਟ ਨਹੀਂ ਦੇਣੀ ਨਾ ਅਸੀਂ ਕੋਈ ਕਾਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਦਈਏ ਜਿਹਦੇ ਨਾਲ ਕੋਈ ਗੱਲ ਗੱਲ ਦੇਣੀ ਆਵੇ ਹਾਂਜੀ ਤਾਂ ਜੋ ਵੀ ਮਾਮਲਾ ਹੁਣ ਤੱਕ ਆਇਆ ਅਸੀਂ ਉਹ ਤੁਹਾਨੂੰ ਦੱਸ ਦਿੱਤਾ ਐਂਗਲ ਜਿਹੜੇ ਜਿਹੜੇ ਦੇਣੇ ਉਹ ਤੁਹਾਡੀ ਬਈ ਆਜ਼ਾਦੀ ਆ ਕਿ ਅਸੀਂ ਕੋਈ ਐਂਗਲ ਆਪਦੇ ਕੋਲੋਂ ਦੇ ਦਿੱਤਾ ਐਵੇਂ ਬਿਨਾ ਕਿਸੇ ਤੱਤ ਤੋਂ ਤੇ ਅਗਲਿਆਂ ਨੇ ਬਈ ਉਂਗਲਾ ਸਾਡੀਆਂ ਨੇ ਜਿਹੜੀਆਂ ਕਲਾੜੇ ਚ ਦੇ ਦੇਣੀਆਂ ਨੇ ਜੀ ਜੀ ਤੇ ਫਿਰ ਤੁਹਾਨੂੰ ਪਤਾ ਨਾ ਕਲਾੜੇ ਚ ਹਾਲ ਕੀ ਹੁੰਦਾ ਗੰਨੇ ਦਾ ਬਸ ਫਿਰ ਨਾ ਪੁੱਛੋ ਅੱਗੇ ਹਾਂਜੀ ਹਾਂਜੀ